ਆਪਾਂ ਕਹਿੰਦੇ ਹਾਂ ਵੀ ਦੁਨੀਆ ਦੇ ਵਿੱਚ ਹਾਕੀ ਸ਼ੁਰੂ ਹੋਈ ਹੈ ਅਤੇ ਆਪਣੇ ਸੰਸਾਰਪੁਰ ਤੋਂ ਹੋਈ ਹੈ, ਅਤੇ ਜੇ ਕਬੱਡੀ ਸ਼ੁਰੂ ਹੋਈ ਹੈ ਤਾਂ ਇਹ ਬਿਲਕੁਲ ਸਹੀ ਹੈ ਵੀ ਉਹ ਕਪੂਰਥਲਾ ਜ਼ਿਲ੍ਹਾ ਤੋਂ ਹੋਈ ਹੈ। ਅਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਪਿਛਲੀ ਵਰਲਡ ਕੱਪ ਦੇ ਵਿੱਚ ਜਿਹੜੇ ਅਸੀਂ ਇਨਾਮ ਰੱਖੇ ਸੀਗੇ, ਤੁਸੀਂ ਜਾਣਦੇ ਹੋ ਵੀ 1 ਕਰੋੜ ਪਹਿਲਾ ਇਨਾਮ ਸੀ ਜਦੋਂ ਪੂਰੀ ਦੁਨੀਆ ਇੱਕ ਵਾਰ ਹਿੱਲ ਗਈ ਸੀ ਵੀ ਕਬੱਡੀ ਦਾ ਪਹਿਲਾ ਇਨਾਮ 1 ਕਰੋੜ ਰੁਪਈਆ। ਅਤੇ ਆਉਣ ਵਾਲੇ ਜਿਹੜੇ 2022 ਤੋਂ ਬਾਅਦ ਵਰਲਡ ਕੱਪ ਹੋਣਗੇ ਉਹਦੇ 'ਚ ਸਰਦਾਰ ਬਾਦਲ ਹਰਾਂ ਨੇ ਯਕੀਨ ਦਵਾਇਆ ਵੀ ਜਿਹੜਾ ਉਹਦਾ ਇਨਾਮ ਹੈ ਅਸੀਂ 1 ਕਰੋੜ ਤੋਂ ਚੱਕ ਕੇ ਅਤੇ 5 ਕਰੋੜ ਤੱਕ ਲੈ ਕੇ ਜਾਵਾਂਗੇ। ਤੁਸੀਂ ਦੇਖ ਰਹੇ ਹੋ ਦਾ TVNRI ਅਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਹੈ ਅਤੇ ਇਸ ਮਾਂ ਖੇਡ ਦੀ ਤਰੱਕੀ ਬਹੁਤ ਹੋਈ ਹੈ ਪਿਛਲੇ ਕੁਛ ਸਾਲਾਂ 'ਚ। ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਅਤੇ 2010 ਦੇ ਵਿੱਚ ਪਹਿਲੀ ਵਾਰ ਇੱਥੇ ਵਿਸ਼ਵ ਕੱਪ ਹੋਇਆ। ਉਸ ਤੋਂ ਬਾਅਦ ਲਗਾਤਾਰ 5 ਸਾਲਾਂ ਤੱਕ ਜਿਹੜੇ ਵਿਸ਼ਵ ਕੱਪ ਹੋਏ ਪੰਜਾਬ ਦੇ ਵਿੱਚ, ਅਤੇ ਇਹਦਾ ਫਾਇਦਾ ਇਹ ਹੋਇਆ ਪੰਜਾਬ ਨੂੰ ਅਤੇ ਇੱਥੋਂ ਦੀ ਜਿਹੜੀ ਮਾਂ ਖੇਡ ਨੂੰ ਕਿ ਜਿਹੜੀ ਕਬੱਡੀ ਆ ਏਸ਼ੀਅਨ ਮੁਲਕਾਂ ਦੇ ਵਿੱਚ, ਯੂਰੋਪੀਅਨ ਮੁਲਕਾਂ ਦੇ ਵਿੱਚ ਅਤੇ ਕਈ ਇੱਦਾਂ ਦੇ ਮੁਲਕਾਂ ਦੇ ਵਿੱਚ ਪਹੁੰਚ ਗਈ ਜਿੱਥੇ ਕਦੇ ਉਮੀਦ ਨਹੀਂ ਕੀਤੀ ਜਾ ਸਕਦੀ। ਉਸ ਤੋਂ ਬਾਅਦ ਜਿਹੜੀਆਂ ਆਸਾਂ ਬੱਝੀਆਂ ਕਿ ਜਿਹੜੀ ਕਬੱਡੀ ਆ ਓਲੰਪਿਕ ਦੇ ਵਿੱਚ ਜਾਵੇਗੀ, ਉਸ ਤੋਂ ਬਾਅਦ ਫਿਰ ਅਕਾਲੀ ਦਲ ਦੀ ਜਿਹੜੀ ਸਰਕਾਰ ਆ ਉਹ ਨਹੀਂ ਬਣਦੀ ਪੰਜਾਬ ਦੇ ਵਿੱਚ, ਅਤੇ ਫਿਰ ਬਰਾਮ ਲੱਗਦਾ ਕਬੱਡੀ ਨੂੰ। ਤੋ ਹੁਣ ਕਾਂਗਰਸ ਦੀ ਸਰਕਾਰ ਨੇ ਇਸ ਵਾਰ ਜਿਹੜੀ ਇੱਕ ਚੈਂਪੀਅਨਸ਼ਿਪ ਕਰਵਾਈ ਆ ਪੰਜਾਬ ਦੇ ਵਿੱਚ, ਇਹਨੂੰ ਵਿਸ਼ਵ ਕੱਪ ਦਾ ਰੂਪ ਦਿੱਤਾ ਗਿਆ। ਪਰ ਜਿਹੜੇ ਲਗਾਤਾਰ ਵਿਸ਼ਵ ਕੱਪ ਹੋਏ ਉਹਨਾਂ 'ਤੇ ਜਿਹੜਾ ਬਰਾਮ ਲੱਗਣ ਤੋਂ ਬਾਅਦ ਥੋੜ੍ਹੀ ਜਿਹੜੀ ਮਾਂ ਖੇਡ ਕਬੱਡੀ ਆ ਉਹਦੇ ਵਿੱਚ ਜਿਹੜਾ ਫੈਲਾਓ ਸੀ ਦੁਨੀਆ ਵਿੱਚ ਜਿਹੜਾ ਬੜੀ ਤੇਜ਼ੀ ਦੇ ਨਾਲ ਹੋ ਰਿਹਾ ਸੀ ਉਹਦੇ ਵਿੱਚ ਥੋੜ੍ਹਾ ਜਿਹੜਾ ਵਿਰਾਮ ਜ਼ਰੂਰ ਲੱਗਾ। ਪੰਜਾਬ ਦੇ ਵਿੱਚ ਜੇ ਕਬੱਡੀ ਦੇ ਸੰਚਾਲਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੀ ਕਬੱਡੀ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਨੇ ਸਿਕੰਦਰ ਸਿੰਘ ਮਲੂਕਾ, ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ। ਇਸੇ ਤਰ੍ਹਾਂ ਹੁਣ ਯੁਵਰਾਜ ਭੁਪਿੰਦਰ ਸਿੰਘ ਜੀ ਜਿਹੜੇ ਜ਼ਿਲ੍ਹਾ ਪਰਿਸ਼ਦ ਕਪੂਰਥਲਾ ਦੇ ਚੇਅਰਮੈਨ ਰਹਿ ਚੁੱਕੇ ਨੇ, ਉਹਨਾਂ ਨੂੰ ਜ਼ਿਲ੍ਹਾ ਕਪੂਰਥਲਾ ਦਾ ਜਿਹੜਾ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਚੇਅਰਮੈਨ ਲਾਇਆ ਗਿਆ, ਗੱਲਬਾਤ ਕਰ ਲੈਂਦੇ ਹਾਂ। ਪਹਿਲਾਂ ਤਾਂ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ NRI ਚੈਨਲ ਦੇਖ ਰਹੇ ਹੈ। ਸਾਰੇ ਫਤਿਹ ਦੀ ਸਾਂਝ ਪਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਯੁਵਰਾਜ ਭੁਪਿੰਦਰ ਸਿੰਘ ਜੀ, ਕਿਉਂਕਿ ਕਬੱਡੀ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਆ, ਔਰ ਕਪੂਰਥਲਾ ਡਿਸਟ੍ਰਿਕਟ ਇੱਦਾਂ ਦਾ ਡਿਸਟ੍ਰਿਕਟ ਆ ਜਿਸ 'ਚ ਜਿਹਨੂੰ ਆਪਾਂ ਨਰਸਰੀ ਕਹਿੰਦੇ ਹਾਂ ਕਬੱਡੀ ਦੀ, ਬਹੁਤ ਜ਼ਿਆਦਾ ਜਿਹੜੇ ਵੱਡੇ ਖਿਡਾਰੀ ਆ ਜਾਂ ਪ੍ਰਮੋਟਰ ਆ ਇੱਥੋਂ ਨਿਕਲੇ ਆ, ਹੁਣ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪ ਕੇ ਗਏ ਨੇ ਮਲੂਕਾ ਸਾਹਿਬ, ਕਿਸ ਤਰ੍ਹਾਂ ਇਹਨੂੰ ਹੈਂਡਲ ਕਰੂੰਗੇ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਜੀ ਸਾਡੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਜਿਨ੍ਹਾਂ ਨੇ ਹਮੇਸ਼ਾ ਹੀ ਬਹੁਤ ਵੱਡਾ ਮਾਣ ਕਬੱਡੀ ਖੇਡ ਨੂੰ ਦਿੱਤਾ ਹੈ। ਤੁਸੀਂ ਪਹਿਲੇ ਦੱਸਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਸੀ ਉਦੋਂ ਕਬੱਡੀ ਨੂੰ ਬਹੁਤ ਉੱਚੇ ਪੱਧਰ 'ਤੇ ਚੱਕਿਆ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹਰਾਂ ਨੇ। ਸਾਡੇ ਪ੍ਰਧਾਨ ਕਬੱਡੀ ਐਸੋਸੀਏਸ਼ਨ ਦੇ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ, ਉਹਨਾਂ ਨਾਲ ਵਿਚਾਰ ਹੋਈ ਸੀਗੀ ਜੇ ਮੈਨੂੰ ਅੱਜ ਮੌਕਾ ਮਿਲਿਆ ਹੈ ਕਬੱਡੀ ਦੀ ਸੇਵਾ ਕਰਨ ਵਾਸਤੇ ਜ਼ਿਲ੍ਹਾ ਕਪੂਰਥਲੇ ਤੋਂ, ਤਾਂ ਮੈਂ ਆਪਣੇ ਦਰਸ਼ਕ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇਹਦੇ 'ਚ ਕੋਈ ਅਤਕਥਨੀ ਨਹੀਂ ਵੀ ਜੇ ਕਪੂਰਥਲੇ ਨੂੰ ਆਪਾਂ ਕਬੱਡੀ ਦੀ ਨਰਸਰੀ ਕਹੀਏ। ਜੇ ਆਪਾਂ ਕਹਿੰਦੇ ਹਾਂ ਵੀ ਦੁਨੀਆ ਦੇ ਵਿੱਚ ਹਾਕੀ ਸ਼ੁਰੂ ਹੋਈ ਹੈ ਅਤੇ ਆਪਣੇ ਸੰਸਾਰਪੁਰ ਤੋਂ ਹੋਈ ਹੈ, ਅਤੇ ਜੇ ਕਬੱਡੀ ਸ਼ੁਰੂ ਹੋਈ ਹੈ ਤਾਂ ਇਹ ਬਿਲਕੁਲ ਸਹੀ ਹੈ ਵੀ ਉਹ ਕਪੂਰਥਲਾ ਜ਼ਿਲ੍ਹਾ ਤੋਂ ਹੋਈ ਹੈ। ਕਪੂਰਥਲੇ ਜ਼ਿਲ੍ਹੇ ਦੇ ਵਿੱਚ ਹਲਕਾ ਪਲੱਥ, ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ ਨਗਰੀ, ਬੇਗੋਵਾਲ ਦੇ ਸਰਕਲ ਦੇ ਵਿੱਚ ਇੰਨੇ ਉੱਚ ਪੱਧਰ ਦੇ ਖਿਡਾਰੀ ਰਹੇ ਨੇ ਜਿਨ੍ਹਾਂ ਨੇ ਆਪਣਾ ਨਾਂ ਇਕੱਲੇ ਪੰਜਾਬ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਫੈਲਾਇਆ। ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਇਹ ਹੁਣ ਚੈਲੇਂਜਿੰਗ ਜੌਬ ਹੈ, ਕਿਉਂਕਿ ਜਦੋਂ 2017 ਤੋਂ ਕਾਂਗਰਸ ਸਰਕਾਰ ਆਈ ਹੈ ਉਹ ਤੱਕ ਕਬੱਡੀ 'ਤੇ ਵਿਰਾਮ ਲੱਗਾ, ਜਿਹੜੇ ਕਬੱਡੀ ਪਲੇਅਰ ਸੀ ਉਹ ਵੀ ਮਾਯੂਸ ਹੋਏ ਨੇ, ਅਤੇ ਅੱਗੇ ਵੀ ਜਿਹੜੇ ਟੂਰਨਾਮੈਂਟ ਹੁੰਦੇ ਸੀ ਉਹ ਸਾਰੇ ਬੰਦ ਹੋ ਚੁੱਕੇ। ਅੱਜ ਨਾ ਕੋਈ ਡਿਵੈਲਪਮੈਂਟ ਹੁੰਦੀ ਹੈ, ਜੇ ਆਪਾਂ ਡਿਵੈਲਪਮੈਂਟ ਦੇ ਪੱਖੋਂ ਜਾਈਏ ਉਹ ਗੱਲ ਵੱਖਰੀ ਹੈ, ਜੇ ਆਪਾਂ ਖੇਡ ਦੇ ਪੱਖੋਂ ਜਾਈਏ ਕੋਈ ਵੀ ਸਪੋਰਟਸ ਹੋਵੇ, ਇਕੱਲੀ ਕਬੱਡੀ ਦੀ ਨਹੀਂ ਗੱਲ, ਕਿਸੇ ਵੀ ਸਪੋਰਟਸ ਨੂੰ ਕੋਈ ਪ੍ਰਮੋਸ਼ਨ ਜਿਹੜੀ ਹੈ ਇਹ ਸਰਕਾਰ ਨੇ ਨਹੀਂ ਦਿੱਤੀ। ਅਤੇ ਹੁਣ ਅਗਲਾ ਜਿਹੜਾ ਸਾਡਾ ਟੀਚਾ ਹੈ 2022 ਦੇ ਵਿੱਚ, ਅਸੀਂ ਆਸ ਕਰਦੇ ਹਾਂ ਪਰਮਾਤਮਾ ਕੋਲ, ਇਹ ਅਰਦਾਸ ਕਰਦੇ ਹਾਂ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਫਿਰ ਮੁੜ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਣਗੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਆਏਗੀ ਅਤੇ ਫਿਰ ਕਬੱਡੀ ਨੂੰ ਅਸੀਂ ਹੋਰ ਵੀ ਉੱਚਾ ਚੁੱਕਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਾਡੀ ਮੀਟਿੰਗ ਹੋਈ ਹੈ, ਉਹਦੇ 'ਚ ਸਲਾਹ ਹੋਈ ਹੈ
तो सरदार सुखबीर सिंह जी बादल ने साडे नाल प्रोमिस किया भी पिछली वर्ल्ड कप के जेडे असी इनाम रखे सीगे तुसी जानते हो भी 1 करोड़ पहला इनाम सी जदों पूरी दुनिया एक बार हिल गई सी भी कबड्डी का पहला इनाम 1 करोड़ रुपया बहुत वड्डी गल है। तुसी आप दस्या भी एशिया च चले गए हुण ओलंपिक्स च भी इहनूं मानता मिली है तो यूरोप भी इहनूं खेडन लग गए तो वैसटर्न कंट्रीज़ भी इहनूं खेडन लग गईआं। ये क्यों? क्योंकि हुण इहदा इनाम जिहड़ा 1 करोड़ है वड्डियां वड्डियां खेडां दे विच जे आपां सॉकर की गल करिए जे गोल्फ की गल करिए विमलडन की गल करिए टैनिस की गल करिए इन अमीर गेमां ने उहदे विच कबड्डी नूं जाके जे रलाया तो सरदार सुखबीर सिंह बादल हरां ने रलाया। जे प्लेयरां नूं मान दिता है जे उहनां नूं वर्ल्ड कप खेडे प्लेयरां नूं जे कोई नौकरी की गल की है या सरकारी नौकरी की गल की है तो यह भी गल जी सरदार सुखबीर सिंह हिस्से बाल साहब के हिस्से जाती है। तो आने वाले जेडे 2022 तो बाद वर्ल्ड कप हो सरदार बादल हरा ने यकीन दवाया भी जिहड़ा उहदा इनाम है असी 1 करोड़ तो चक के ते 5 करोड़ तक लैके जावांगे जिहदे नाल बहुत वड्डा उत्साह जिहड़ा कबड्डी खिडारियों नूं मिलेगा। कबड्डी नूं प्रमोट करन दी गल होई है क्योंकि साडी माँ खेड है। तुसीं दस्सिया भी कबड्डी नूं असीं माँ खेड कहिंदे आ, माँ बोली साडी पंजाबी है, माँ खेड साडी कबड्डी है ते साडा पंजाब साडा अपना घर है ते साडा फर्ज बनता भी असीं इहनां दी राखी करिए, इहनां नूं प्रमोट करिए, इहनां दा फैलाव जिहड़ा उह दुनिया तक फैलाइए। तो असीं कोशिश करांगे जिला कपूरथले च खास करके साडे हल्के दे विच बहुत टूर्नामेंट जिहड़े आ मेरे NRI वीर करवाउंदे आ असीं सारिआं नूं इकट्ठे करके जिन्ने कबड्डी प्रमोटर्स है जिन्ने खिडारी है असीं जल्दी एक मीटिंग करांगे, उहनां सारिआं दे सुझाव लए जाणगे। खिडारियों की जो कोई मुश्किल आती है या उन्होंने कोई घरेलू मुश्किल ने उन्होंने भी हल करने वास्ते एक कमेटी तैयार की जाऊगी भी उन्होंने इदा दिया कोई मुश्किल ना हो जिन्ना करके अपनी वो खेड न छड़ देन या कबड्डी खेलना बंद कर देन ताकि घर के हालात वो सुधार सकन। कई बार वक्रे वक्रे तरह दश्कल जीडिया प्लेयर के सामने आदियाँ तो असी कोशिश करा असी प्लेयर के नाल खड़ सकी उन्हों साथ दे सकी ताकि अपनी खेड न जोड़ा है वो बरकरार करन उन्हूं अगे वधाउन वर्ल्ड कप खेडन ते अपना ते अपने हल्के दा नां जिहड़ा उह दुनिया विच रोशन करन। बाकी युवराज जी मेरा एक सवाल है क्योंकि हुण जदों पूरी दुनिया चपेट विच आ वड्डी बीमारी दी COVID-19 दी हर एक इंसान नूं ढाल लगी उहदे नाल खेडां नूं भी ढाल लगी आ इसे तरह जिहड़े कबड्डी दे खिडारी आ उहनां दा जिहड़ा रोजगार आ सिर्फ खेड ही हुंदी सी। इस वार विदेशां दे विच भी कबड्डी का सीजन नहीं हो सकिया वो विदेशों के टूर नहीं लग सके लोकल सीजन भी जो एंड ते सीगा वह भी मतलब बिच विचाले रह गया हुण जिहड़ा नवंबर दे विच सीजन फिर शुरू होना लोकल उहदे उत्ते भी संकट के बदल मंडरा रहे आ भी होवेगा जां नहीं होवेगा। खिडारी वित्ती तौर पर भी पूरी तरह टुट गया वा तो जिहड़ा उहदा शरीरक पक्षों भी उहनूं प्रैक्टिस नहीं मिली उत्थों भी टुट गया। कोई एसोसीएशन की कोई तुहाडी मलूका साहब नाल इस गल नूं लै के कोई चर्चा हुई है कि इहदे लई कोई एसोसीएशन वल्लों कोई वित्तीय मदद हो सके? जिहड़ी इहदी ऑफिशियल तौर पर अजे तक साडी कोई इदां दी मीटिंग नहीं हुई पर मैं अपने तौर पर जिहड़ी अपनी एसोसीएशन है जिला कपूरथले की साडे असी अपने मैंबरस ने जिहड़े असी 50 जणिआं ने एक मीटिंग कीती सी इस चोन तों बाद उहदे विच असी इही फैसला कीता सी भी जिहड़े साडे हल्के दे जां साडे जिले दे कबड्डी खिडारी है जिन्हां दी कोई घर की मुश्किल चलती जिदा मैं तुहानूं दस्सिया है भी तुहाडी गल ठीक है कि हुण COVID-19 करके सारी दुनिया विच जिहड़ी ये ब्रेकडाउन आया होया सारे काम काज रुके हुए ने हर फील्ड दे विच लॉस चलता पिया है ते खिडारियों के कई जिहड़े विदेशी टूरां ते जांदे सी उहनां दे नाल उह खर्चा चलदा सी उहनां दे घरां दा खुराक भी उहनां दी घटी है उहदे वास्ते असी एक कीता सीगा भी असी जल्द जिहड़ी अपनी एसोसीएशन है असी अपने जिले की जिम्मेवारी जिहड़ी अपनी एसोसीएशन साडी चकूगी भी जिहड़ा कोई खिडारी वधिया है जिहनूं कोई डाइट चाहीदी है या जिहदे कोई होर मुश्किल हैगी उहदे विच वित्तीय सहायता भी जिहड़ी है उह साडी एसोसीएशन दऊगी। ते असी एक होर फैसला कीता है भी साडे लखन का पड्डा साडा पिंड बहुत वड्डा पैंदा है जिन्हें बहुत वधिया इंटरनेशनल कबड्डी खिडारी जिहड़े सानूं दित्ते आ जिले नूं दित्ते आ पंजाब नूं दित्ते आ हिंदुस्तान नूं दित्ते आ उहदे विच एक साडा वीर पिछले कुछ महीने पहले गोली चली सी एक पुलिस वाले को मर गया उहदे विच उह मतलब विछोड़ा दे के गया साडे कबड्डी जगत नूं ते बहुत दुख मनाया सारी दुनिया ने सानू बहुत पीड़ा हुई है क्योंकि वह साडे परिवार के जी सीगे साडा अपना परिवार सी हरविंदर पहलवान का उहदे वास्ते भी असी एक हुण मता कीता है भी मैं सुझाव रखिया सी अपनी एसोसीएशन च भी जे आपां उहनां दी भी वित्तीय सहायता करनी है
तो जल्दी असी मेरे ख्याल आ हफ्ते दस दिन तक असी उन्हां दे घर जावांगे एसोसीएशन वालों वध तो वध जिहड़ा असी कर सकते हैं वो असी उन्हां नूं वित्तीय सहायता भी उत्थे उन्हां दे परिवार नूं दे के आवांगे क्योंकि उन्हां दे पुत्र ने कबड्डी मां खेड दी सेवा कीती है तो जो साडा फर्ज बनता असी उस हिसाब नाल उत्थे जाके उन्हां दी हेल्प। तुसीं अरविंदर जीत पड्डे की गल की जिहदा एक पंजाब पुलिस के कथित जिहड़ा मुलाजम है उहदे वल्लों गोलियां सिद्धियां मार के कतल किया गया सी। वित्तीय सहायता की जे गल करिए कुछ एन आर आई जिहड़े क्लब आ जां एन आर आई प्रमोटर आ उन्हां वल्लों जरूर होई पर जिहड़े पिंड दे लोक आ जां उहदे परिवारक मैंबर आ उह इंसाफ मंग रहे आ कि इंसाफ मिले क्योंकि पहला भी कबड्डी खिडारियों पर हमले होंदे रहे पर यह जिहड़ा हमला बहुत वड्डा सी क्योंकि चोटी का खिडारी सीगा और जिस तरह उहदा कतल होया एकदम शोक की लहर पूरे जिहड़ा कबड्डी जगत आ जां साडा पंजाब आ उहदे विच फैली। इत्थों के जिहड़े स्थानक विधायक आ सुखपाल सिंह उन्होंने भी मुद्दा चुकिया पर वह फिर मुद्दा विच विचाले रह गया। बहुत जिहड़े सियासी आगू आ उन्होंने इस सियासत करन की कोशिश की पर जिहड़ा परिवार आ वह चाहुंदा कि सियासत नहीं सानू चाहीदी सानू इंसाफ चाहीदा हुण तुसीं कोई इंसाफ दा इंसाफ मिले परिवार नूं उहदे लई की करोगे? ये ताड़ी बिल्कुल सही गल है भी जिहड़े सियासी लोग आ कोई मुद्दा उन्होंने लभे वह सियासी रोटियां सेकते हैं चाहे किसी की मौत ही हो। पर मेरा तो बीबी जी हरां दा कदी इदां दा कोई विचार नहीं रहा असी इस मुद्दे के उत्ते कदी कोई सियासी गल नहीं की। पर जी हुण तुसीं पुछिया क्योंकि इंसाफ की गल है भी उहदे गोली वजी उहदी मौत हुई है बहुत दुख लगा सारिआं नूं। साडा श्रोमणी अकाली दल का परिवार सी उह साडा अपना परिवार सीगा वो मुंडे नाल साडा परसनली मेरा अपना बहुत प्रेम सी साडे लई साडा वह वर्कर सीगा हमेशा साडे लई उन्होंने मतलब कि साडे अगे खड़ के साडियां इलैक्शनां साडी मदद कीती है तो साडा फर्ज बनता असी उहदी परिवार की गल करिए बीबी हरां ने उन्हां दे परिवार नाल गल की पर असी कोई इदां दी बयानबाजी नहीं की जिहड़ा उन्हां दे परिवार का कोई नुकसान हो सके। SSP साहब नाल उदों ही गल हुई उदों ही उस बंदे दी अरैसट पई उस मुलाजम नूं डिसमिस किया गया हुण उहदी अरैसट हो चुकी है अगे हुण केस चलने क्योंकि जुडिशरी मैटर चले जांदा है जां ते उस बंदे दी अरैसट ना हुई होवे तां असीं कहीए भी असीं इंसाफ लई लड़ांगे जां गल तां इह सीगी भी उस जिस बंदे ने गोली मारी उहदी अरैसट हो गई है उहदा केस हुण कोर्टां जाएगा। हाँ परिवार दे वास्ते असीं इह मत कर सकदे उहनां दे केस दीआं जे वकीलां दीआं कोई फीसां ने जे कोई गल है वो साडी एसोसीएशन चक्के या असी परसनल तौर पर साडे वर्कर चक्कनिया पिंड दे जिहड़े साडे श्रोमणी अकाली दल दे उहनां दे नाल चलदे ने उह उहनां दी देखभाल करन आपां उहनूं केस लड़ांगे ते अखीर तक जद तक इंसाफ नहीं लड़दा असी उहदे नाल खड़े हां। मेरा आखिरी सवाल युवराज जी क्योंकि जिहड़ी मुंडियां दी कबड्डी है उत्ते तां हर कोई प्रमोटर भी पैसा ला रहा सरकारां भी उहनूं प्रमोट कर रही एसोसीएशन वल्लों भी प्रमोट कर रही पर जिहड़ी वूमैन कबड्डी है वूमैन कबड्डी इदां दी कबड्डी सी जिन्ने जदों वर्ल्ड कप होए उन्हें सब तो ज़्यादा ध्यान उन्होंने खिंचया अपना क्योंकि जड़िया भी टीम आई वूमैन दिया वो जिहड़े खिडारी आए उन्होंने विदेशों तो सारे नरोड़ उत्थों के सी ते मुंडिया के मुकाबले जी वूमैन कबड्डी ज़्यादा प्रमोट हुई विदेशों के पर जे उहदा अपना देश है जी अपनी मिट्टी आ उहदे विच ओह एक साइडलाइन हो गई आ वूमैन कबड्डी के ना तो पिंडां च टूरनामेंट हुंदे आ जे कितें हुंदे भी आ तो एक प्रदर्शनी गेम बन के रह गई आ। वूमैन कबड्डी प्रमोट होवे क्योंकि बीबी जी इस तरह अकाली दल के प्रधान भी ने वो काफ़ी कुछ कर सकते हैं तुहाडे नाल मिल के उहदे लई की करोगे तुसीं? तुहाडी बिल्कुल गल ठीक है जिहड़ी आपां कहीए वूमैन कबड्डी है ये पिंड पद्धर ते जिहड़े टूरनामेंट हुंदे उहनां च एक मैच कुड़ियां दा रख्या जांदा जिहनूं शो मैच कह दिंदे आ आपां तो वह करा के उन्होंने दोवें टीमों उन्होंने फीस दे के तो आप चलता करते हैं। पर बहुत गल तो ताड़ी बिल्कुल ठीक है भी जेडे कबड्डी के टूरनामेंट वो अलहदा तौर पर पूरी कुड़ियों के होने चाहिए पूरी फैडरेशन कुड़ियों कबड्डी टीमों बननिया चाहिए ने पूरी टीम तैयार हो 8 टीम आना मुकाबले होना दूजा नाम निकले फिर जाके गल जी बराबरता की आँदी है क्योंकि साढ़े पहले पातशाह गुरु नानक देव जी ने तो बहुत देर पहले जिहड़ा औरत नूं ते पुरख नूं एक बराबरता का अधिकार दिता सी ते फिर भी हुण अगे तो अगे चल रही है तुहाडी गल जिद्दां कहण ते भी वर्ल्ड कप दे विच विदेशां दीआं जिहड़ियां कुड़ियां आईआं सी उहनां ने बहुत वधिया प्रदर्शन कीते मतलब जिहड़े देशां च कदी कबड्डी सुनी नहीं सी उह देशां दीआं कुड़ियां ने कबड्डी देखी है खेडी है ते साडे लोकां ने बहुत ज़्यादा उहनूं सलाहिया भी पंजाब ने उहदा स्वागत भी कीता ते मैनूं अगे आस है भी असी भी हुण जल्द कुड़ियां दीआं टीमां भी जिहड़ियां उह तैयार करांगे एसोसीएशन विच कुड़ियां नूं भी असीं उत्साहित करांगे भी उह कबड्डी खेडण इस गेम दे नाल जुड़न ते
ਆਪਾਂ ਉਹਨੂੰ ਪ੍ਰਮੋਟ ਕਰ ਸਕੀਏ। ਇਹ ਐਸੋਸੀਏਸ਼ਨ ਜਿਹੜੀ ਆਪਣੀ ਕਬੱਡੀ ਦੇ ਵਿੱਚ ਵੂਮੈਨ ਦੇ ਮੈਂਬਰ ਹੈਗੇ ਕੋਈ? ਫਿਲਹਾਲ ਮੇਰੇ ਤੋਂ ਪਹਿਲੇ ਸ਼ਾਇਦ ਨਹੀਂ ਸੀਗੇ, ਹੁਣ ਅਸੀਂ ਹੁਣ ਭਰਤੀ ਕਰਨੀ ਹੈ ਅਤੇ ਮੈਂ ਇਹ ਬਿਲਕੁਲ ਸ਼ਿਓਰ ਕਰਾਂਗਾ ਤੁਹਾਨੂੰ ਵੀ ਉਹਦੇ ਵਿੱਚ ਆਪਾਂ ਵੂਮੈਨ ਮੈਂਬਰ ਜਿਹੜੇ ਅਸੀਂ ਹੁਣ ਉਹ ਲੈਣੇ ਹੈ। ਬਹੁਤ ਬਹੁਤ ਧੰਨਵਾਦ। ਤੋ ਯੁਵਰਾਜ ਭੁਪਿੰਦਰ ਸਿੰਘ ਜੀ ਜਿਹਨਾਂ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਿਹੜਾ ਕਪੂਰਥਲਾ ਜ਼ਿਲ੍ਹਾ ਇਕਾਈ ਆ ਉਹਦਾ ਪ੍ਰਧਾਨ ਥਾਪਿਆ ਗਿਆ, ਕਿਉਂਕਿ ਕਬੱਡੀ ਨੂੰ ਕਾਫੀ ਨਜ਼ਦੀਕ ਤੋਂ ਜਾਣਦੇ ਨੇ, ਟੂਰਨਾਮੈਂਟਾਂ ਦੇ ਵਿੱਚ ਵੀ ਜਾਂਦੇ ਰਹਿੰਦੇ ਨੇ ਅਤੇ ਉਤਸ਼ਾਹਿਤ ਕਰਦੇ ਨੇ ਇੱਥੇ ਆਪਣੇ ਡਿਸਟ੍ਰਿਕਟ ਦੇ ਖਿਡਾਰੀਆਂ ਨੂੰ। ਅਤੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕਡਾਊਨ ਦੇ ਚੱਲਦੇ ਜਿਹੜੇ ਖਿਡਾਰੀਆਂ ਨੂੰ ਆਰਥਿਕ ਤੌਰ 'ਤੇ ਸਮੱਸਿਆ ਆਈ ਹੈ ਜਾਂ ਸਰੀਰਕ ਤੌਰ 'ਤੇ ਉਹਨਾਂ ਦੀ ਪ੍ਰੈਕਟਿਸ ਪੂਰੀ ਨਹੀਂ ਹੋਈ, ਐਸੋਸੀਏਸ਼ਨ ਵੱਲੋਂ ਉਹਨਾਂ ਦੀ ਜਿਹੜੀ ਆ ਵਿੱਤੀ ਮਦਦ ਕੀਤੀ ਜਾਵੇਗੀ। ਅਤੇ ਜਿਹੜਾ ਅਰਵਿੰਦਰ ਭਲਵਾਨ ਆ ਜਿਹੜਾ ਜਿਹਦਾ ਕਤਲ ਕੀਤਾ ਗਿਆ ਸੀ ਪਿਛਲੇ ਮਹੀਨਿਆਂ ਦੇ ਵਿੱਚ, ਉਹਦੇ ਪਰਿਵਾਰ ਨੂੰ ਵੀ ਇਨਸਾਫ ਦਵਾਉਣ ਵਾਸਤੇ ਜਿਹੜੇ ਸਾਰਥਕ ਕਦਮ ਚੁੱਕੇ ਜਾਣਗੇ। ਕੈਮਰਾਮੈਨ ਗੁਰਦੇਵ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਹਲ, NRI ਮੀਡੀਆ, ਪੁਲੱਥ।